ਮਸਤੇ ਮੋਸਟ ਵੈਲਕਮ ਟੂ ਮਾਈ ਚੈਨਲ ਮਨਰਾਜ ਮੁੰਨਾ ਉਮੀਦ ਕਰਦਾ ਤੁਸਾਰੇ ਸਵਸਥ ਹੋਗੇ ਅੱਜ ਦਾ ਜੋ ਮੇਰਾ ਗੀਤ ਹੈ ਉਹ ਹੈਗਾ ਮਹਿੰਗਾਈ ਦੇ ਉੱਤੇ ਆਓ ਪਹਿਲਾਂ ਉਹਦੇ ਕੁਝ ਬੋਲ ਸੁਣਦੇ ਆਂ ਗਰੀਬਾਂ ਦਾ ਕੀ ਜਿਉਣਾ ਜੀਉਣਾ ਹੈ ਨਾ ਮੈਂ ਮੰਗਾ ਕੋਠੀ ਕੋਈ ਨਹੀਂ ਕੋਈ ਕਾਰ ਨਿਹਾਲ ਤੈਨੂੰ ਕੀ ਦਸੀਏ ਮਹਿੰਗਾਈ ਦੀ ਪੈ ਗਈ ਐ ਸਾਨੂੰ ਮਾਰ ਨਿਹਾਲ ਤੈਨੂੰ ਕੀ ਦਸੀਏ ਹਰ ਪਾਸੇ ਪਈ ਐ ਮਾਰੋ ਮਾਰ ਨਿਹਾਲ ਤੈਨੂੰ ਕੀ ਦਸੀਏ ਅਸੀਂ ਕਿੰਜ ਰਹੇ ਆਸਰ ਨਿਹਾਲ ਤੈਨੂੰ ਕੀ ਦਸੀਏ 1000 ਨੂੰ ਸਿਲੰਡਰ ਹੋ ਗਿਆ ਸੋ ਨੂੰ ਟੱਪਿਆ ਤੇਲ ਕੁੜੇ ਇੰਡਕਸ਼ਨ ਵੀ ਜਵਾਬ ਦੇ ਗਿਆ ਬਿੱਲ ਬਿਜਲੀ ਨੇ ਕਰ ਦਿੱਤਾ ਹਾਰਟ ਫੇਲ ਆਊਟ ਆਫ ਰੀਚ ਫਰੂਟ ਹੋ ਗਿਆ ਫੋਟੋ ਦੇਖ ਕੇ ਟਪਕੇ ਲਾਰ ਟਪਕੇ ਲਾਰ ਨਿਹਾਲ ਤੈਨੂੰ ਨਿਹਾਲ ਤੈਨੂੰ ਨਿਹਾਲ ਤੈਨੂੰ ਕੀ ਦਸੀਏ ਮਹਿੰਗਾਈ ਦੀ ਪੈਗੀ ਐ ਸਾਨੂੰ ਮਾਰ ਨਿਹਾਲ ਤੈਨੂੰ ਕੀ ਦਸੀਏ ਹਰ ਪਾਸੇ ਪਈ ਐ ਮਾਰ ਮਾਰ ਨਿਹਾਲ ਤੈਨੂੰ ਕੀ ਦਸੀਏ ਅਸੀਂ ਕਿੰਜ ਰਹਿਆਂ ਸਾਰ ਨਿਹਾਲ ਤੈਨੂੰ ਕੀ ਦਸੀਏ ਆਹ ਬਹਰ ਚੀਜ਼ ਦੇ ਉੱਤੇ ਜੀਐਸਟੀ ਦਿੰਨੇ ਆ ਉਹਦੇ ਉੱਤੇ ਆ ਜੋ ਜੀਐਸਟੀ ਲੱਗਦਾ ਉਹ ਸਾਡੀ ਚੀਜ਼ਾਂ ਤੇ ਨਹੀਂ ਲੱਗਦਾ ਸਾਡੀ ਰੀਜਾਂ ਤੇ ਲੱਗਦਾ ਆਪਾਂ ਕੋਈ ਵੀ ਚੀਜ਼ ਖਾਣੇ ਆ ਉਹਦੇ ਉੱਤੇ ਵੀ ਜੀਐਸਟੀ ਦਿੰਨੇ ਆ ਉਹਦੇ ਉੱਤੇ ਅਗਲੀ ਲਾਈਨ ਧਿਆਨ ਦੇਣਾ ਜੀਐਸਟੀ ਲੱਗ ਗਈ ਹਰ ਇੱਕ ਚੀਜ਼ ਤੇ ਰੁਪਈਆ ਗਿਰਦਾ ਜਾਵੇ ਨੀ ਚੀਜ਼ ਏ ਕਾਦੀ ਇਹ ਤਾਂ ਲੱਗੀ ਰੀਜ ਤੇ ਸੀਨਾ ਚੀਰਦਾ ਜਾਵੇ ਨੀ ਕਿਸ਼ਤਾਂ ਲੇਖੇ ਉਮਰਾਂ ਲੰਗੀਆਂ ਸੋਪਿੰਦਾ ਐ ਵਿੱਚ ਹਜ਼ਾਰ ਸੋਪਿੰਦਾ ਐ ਵਿੱਚ ਹਜ਼ਾਰ ਨਿਹਾਲ ਤੈਨੂੰ ਨਿਹਾਲ ਤੈਨੂੰ ਨਿਹਾਲ ਤੈਨੂੰ ਕੀ ਦਸੀਏ ਮਹਿੰਗਾਈ ਦੀ ਪੈਗੀ ਐ ਸਾਨੂੰ ਮਾਰ ਨਿਹਾਲ ਤੈਨੂੰ ਕੀ ਦਸੀਏ ਹਰ ਪਾਸੇ ਪਈ ਐ ਮਾਰੋ ਮਾਰ ਨਿਹਾਲ ਤੈਨੂੰ ਕੀ ਦਸੀਏ ਅਸੀਂ ਕਿੰਜ ਰਹੇ ਆਸਾਰ ਨਿਹਾਲ ਤੈਨੂੰ ਕੀ ਦਸੀਏ ਹੋ ਕੋਈ ਸਰਵਿਸ ਫਰੀ ਨਹੀਂ ਟੈਕਸ ਪਰ ਹੈ ਤੇ ਇਥੇ ਦਾ ਲਾਉਂਦਾ ਹੈ ਹਰ ਕੋਈ ਹੌਸਪੀਟਲ ਮਨਮਾਨੀ ਕਰਦੇ ਸਕੂਲ ਫੀਸ ਨਾ ਪਰ ਹੋਈ ਸੁਪਨੇ ਦਾ ਕਤਲ ਕਰ قاتਲ ਬਣਿਆ ਹੁਣ ਮਿਲੇ ਆਜ਼ਾਦੀ ਆ ਫਿਰ ਬਾਰ ਨਿਹਾਲ ਤੈਨੂੰ ਕੀ ਦਸੀਏ ਅਸੀਂ ਕਿੰਜ ਰਹੇ ਆਸਾਰ ਨਿਹਾਲ ਤੈਨੂੰ ਕੀ ਦਸੀਏ ਅਸੀਂ ਕਿੰਜ ਰਹੇ ਆਸਾਰ ਨਿਹਾਲ ਤੈਨੂੰ ਕੀ ਦਸੀਏ ਮਹਿੰਗਾਈ ਦੀ ਪੈ ਗਈ ਐ ਸਾਨੂੰ ਮਾਰ ਨਿਹਾਲ ਤੈਨੂੰ ਕੀ ਦਸੀਏ ਚਾਹੇ ਗੱਲ ਕਰੇ ਕੋਈ ਇੱਕ ਦੂਜੇ ਨਾਲ ਨਾ ਦਿਖਾਵਾ ਬਣ ਗਿਆ ਫੈਸ਼ਨ ਨਹੀਂ ਆਈ 14 ਦੇ ਪਿੱਛੇ ਦੁਨੀਆ ਕੰਬਲੀ ਹੋਈ ਪਈ ਐ ਉਹਦੇ ਤੇ ਆਹੇ ਗੱਲ ਕਰੇ ਕੋਈ ਇੱਕ ਦੂਜੇ ਨਾਲ ਨਾ ਦਿਖਾਵਾ ਬਣ ਗਿਆ ਫੈਸ਼ਨ ਨਹੀਂ ਆਈ 14 ਨੇ ਪਿੱਛੇ ਲਾਤੀ ਦੁਨੀਆ ਨਾ ਗਰੋਥ ਵੇਖੇ ਨਾ ਰਿਸੈਸ਼ਨ ਨਹੀਂ ਦਸਵੀਂ ਪਾਸ ਅੱਜ ਰੱਖਦਾ ਐਮਬੀਏ ਲਾਵੇ ਐਮਬੀਏ ਵਾਲਾ ਟੀ ਸਟਾਲ ਨਿਹਾਲ ਤੈਨੂੰ ਨਿਹਾਲ ਤੈਨੂੰ ਕੀ ਦਸੀਏ ਅਸੀਂ ਕਿੰਜ ਰਹੇ ਆਸਾਰ ਨਿਹਾਲ ਤੈਨੂੰ ਕੀ ਦਸੀਏ ਹਰ ਪਾਸੇ ਪਈ ਅਮਾਰੋਂ ਆਰ ਨਿਹਾਲ ਤੈਨੂੰ ਕੀ ਦਸੀਏ ਸੰਸਕਾਰ ਹੁਣ ਬਸ ਚੈਨਲ ਰਹਿ ਗਿਆ ਰਿਮੋਟ ਸਹਾਰੇ ਚਲਦਾ ਹੈ ਬਿਨਾ ਮਤਲਬ ਤੋਂ ਨਾ ਗੱਲ ਕੋਈ ਮੰਨਦਾ ਹਰ ਕੋਈ ਆਪਣੀ ਆਪਣੀ ਕਰਦਾ ਹੈ ਪੈਰੀ ਹੱਥ ਕੋਈ ਕੋਈ ਲਾਉਂਦਾ ਬਹੁਤੇ ਖਾਂਦੇ ਫਿਰਦੇ ਖਾar ਨਿਹਾਲ ਤੈਨੂੰ ਨਿਹਾਲ ਤੈਨੂੰ ਕੀ ਦਸੀਏ ਮਹਿੰਗਾਈ ਦੀ ਪੈ ਗਈ ਐ ਸਾਨੂੰ ਮਹਾਰ ਨਿਹਾਲ ਤੈਨੂੰ ਕੀ ਦਸੀਏ ਅਸੀਂ ਕਿੰਜ ਰਹੇ ਆਸਾਰ ਨਿਹਾਲ ਤੈਨੂੰ ਕੀ ਦਸੀਏ ਤੇ ਜਦੋਂ ਵੀ ਆਪਾਂ ਕਿਤੇ ਜਾਂਦੇ ਆ ਸਾਰੇ ਜਾਨਦੇ ਆ ਤੇ ਕਈ ਚੀਜ਼ਾਂ ਦੇਖ ਕੇ ਤੁਹਾਡੀ ਰੂਹ ਕੰਬ ਜਾਂਦੀ ਹੈ ਕਿ ਯਾਰ ਰੱਬਾ ਮਿਹਰ ਕਰੇ ਆਪਾਂ ਕਿਤੇ ਜਾਂਦੇ ਆ ਭਾਰਤ ਦੇ ਰੋਡ ਸਾਈਡ ਦੇ ਉੱਤੇ ਦੇਖਦੇ ਆ ਕਿ ਛੋਟੇ ਛੋਟੇ ਬੱਚੇ ਟੀ ਸਟਾਲ ਲਾ ਕੇ ਬੈਠੇ ਆ ਰੋਟੀਆਂ ਪਕਾ ਰਹੇ ਆਪਣੇ ਮਾਪਿਓ ਦੇ ਨਾਲ ਜੋ ਉਮਰ ਉਹਨਾਂ ਦੀ ਪੜਨਦੀ ਹੈ ਉਸ ਉਮਰ ਦੇ ਵਿੱਚੋਂ ਕੰਮ ਕਰ ਰਹੇ ਆ ਡਿਊ ਟੂ ਪੈਸਾ ਨਾ ਹੋਣ ਕਰਕੇ ਉਹ ਪੜ ਨਹੀਂ 파 ਰਹੇ ਧਿਆਨ ਦਿਨਾ ਛੋਟੇ ਛੋਟੇ ਬੱਚੇ ਰੋਡ ਸਾਈਡ ਤੇ ਫਿਰਦੇ ਵੇਖੇ ਚਾ ਵੇਖੇ ਛੋਟੇ ਛੋਟੇ ਬੱਚੇ ਰੋਡ ਸਾਈਡ ਤੇ ਫਿਰਦੇ ਵੇਚ ਦੇ ਚਾ ਵੇਖੇ ਬਲੀ ਚਾਹਵਾਦੀ ਦੇਖੇ ਆਪਣੀ ਦਿਲ ਦੇ ਅਰਮਾਨ ਉਟਾਵੇਖੇ ਪੜਦੇ ਨੇ ਕਿੱਥੇ ਪੈਸੇ ਵਾਲੇ ਪੜਦੇ ਨੇ ਕਿੱਥੇ ਪੈਸੇ ਵਾਲੇ ਤੰਗੀ ਕਰਕੇ ਸਕੂਲਾਂ ਬਾਹਰ ਨੀ ਕੀ ਤੈਨੂੰ ਹਾਲ ਦਸੀਏ ਮਹਿੰਗਾਈ ਦੀ ਬੜੀ ਐ ਸਾਨੂੰ ਮਾਰ ਨੀ ਕੀ ਤੈਨੂੰ ਹਾਲ ਦਸੀਏ ਅਸਿਕਿੰਝ ਰਹੇ ਆਸਰਨੀ ਕੀ ਤੈਨੂੰ ਹਾਲ ਦਸੀਏ ਤੇ ਲਾਸਟ ਪੈਰਾ ਇਕੋ ਹੀ ਸਲਾ ਮੇਰੀ ਮੌਜੂਦਾ ਸਰਕਾਰ ਨੂੰ ਹੁੰਜ ਮੈਂ ਬਹੁਤਾ ਸਲਾਕਾਰ ਨਹੀਂ ਦੁਨੀਆ ਦਾ ਦੁੱਖ ਜੋ ਵੇਖਦਾ ਔ ਲਿਖਦਾ ਹਾਂ ਕਿਸੇ ਗਿਣਤੀ ਚ ਆਉਂਦਾ ਕਲਾਕਾਰ ਨਹੀਂ ਪੜਾਈ ਤੇ ਦਵਾਈ ਦੋਵੇਂ ਕਰ ਦੋ ਫਰੀ ਕੋਈ ਰਹੇ ਨਾ ਗਰੀਬੀ ਨਾ ਕੋਈ ਰੋਵੇ ਪਰਿਵਾਰ ਕੋਈ ਰਹੇ ਨਾ ਗਰੀਬੀ ਨਾ ਕੋਈ ਰੋਵੇ ਪਰਿਵਾਰ ਕੀ ਕੀ ਤੈਨੂੰ ਹਾਲ ਦੱਸਿਏ ਹਸੀ ਕਿੰਜ ਰਹੇ ਆਸਾਰਨ ਕੀ ਤੈਨੂੰ ਹਾਲ ਦੱਸਿਏ ਮਹਿੰਗਾਈ ਦੀ ਬੜੀ ਐ ਸਾਨੂੰ ਮਾਰਨੀ ਕੀ ਤੈਨੂੰ ਹਾਲ ਦਸੀਏ ਮਹਿੰਗਾਈ ਦੀ ਬੜੀ ਐ ਸਾਨੂੰ ਮਾਰਨੀ ਕੀ ਤੈਨੂੰ ਹਾਲ ਦਸੀਏ ਸ਼ੁਕਰੀਆ ਤੁਹਾਨੂੰ ਤੁਸੀਂ ਪੂਰਾ ਗਾਣਾ ਸੁਣਿਆ ਤੇ ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਵੇਗਾ ਜਲਦ ਹੀ ਨਵੇਂ ਗਾਣੇ ਦੇ ਨਾਲ ਤੁਹਾਡੇ ਨਾਲ ਰੂਬਰੂ ਹੋਊਗਾ ਉਮੀਦ ਕਰਦਾ ਜਿਸ ਤਰ੍ਹਾਂ ਤੁਸੀਂ ਮੇਰੇ ਪੁਰਾਣੇ ਗੀਤਾਂ ਨੂੰ ਪਿਆਰ ਦਿੱਤਾ ਇਸ ਗੀਤ ਨੂੰ ਵੀ ਤੁਸੀਂ ਉਸੇ ਤਰ੍ਹਾਂ ਪਿਆਰ ਦੋਗੇ ਸਚਾਈ ਹੈ ਇੱਕ ਇੱਕ ਬੋਲ ਤੁਹਾਨੂੰ ਧਿਆਨ ਨਾਲ ਸੁਣੋਗੇ ਤੇ ਸਮਝ ਆਏਗਾ ਕੀ ਲਿਖਿਆ ਥੈਂਕ ਯੂ ਸੋ ਮਚ ਜਿਉਂਦੇ ਵੱਸਦੇ ਰਹੋ ਇੰਜੋਏ